ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪੰਜਾਬੀ ਵਿੱਚ ਦਿਸ਼ਾਵਾਂ ਦੇ ਨਾਮ ਕਰਾਂਗੇ। ਦਿਸ਼ਾਵਾਂ ਜਿਨ੍ਹਾਂ ਨੂੰ ਕਿ ਇੰਗਲਿਸ਼ ਵਿੱਚ ਡਾਇਰੈਕਸ਼ਨਸ ਕਿਹਾ ਜਾਂਦਾ ਹੈ, ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਈਸਟ। ਈਸਟ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਹਨ? ਪੂਰਬ। ਈਸਟ, ਪੂਰਬ। ਵੈਸਟ, ਪੱਛਮ। ਵੈਸਟ, ਪੱਛਮ। ਨੌਰਥ, ਉੱਤਰ। ਨੌਰਥ, ਉੱਤਰ। ਸਾਊਥ, ਦੱਖਣ। ਸਾਊਥ, ਦੱਖਣ। ਅੱਗੇ ਹੈ ਸਾਡੇ ਕੋਲ ਰਾਈਟ। ਰਾਈਟ ਨੂੰ ਜਾਂ ਤਾਂ ਅਸੀਂ ਕਹਿੰਦੇ ਹਾਂ ਸੱਜਾ, ਜਾਂ ਫਿਰ ਅਸੀਂ ਕਹਿੰਦੇ ਹਾਂ ਸੱਜੇ। ਰਾਈਟ, ਸੱਜਾ, ਸੱਜੇ। ਲੈਫਟ, ਖੱਬਾ, ਖੱਬੇ। ਲੈਫਟ, ਖੱਬਾ, ਖੱਬੇ। ਬਿਲੋ, ਥੱਲੇ। ਬਿਲੋ, ਥੱਲੇ, ਜਾਂ ਫਿਰ ਇਹਨੂੰ ਨੀਚੇ ਵੀ ਕਿਹਾ ਜਾਂਦਾ ਹੈ। ਅਪ, ਉੱਤੇ, ਜਾਂ ਫਿਰ ਉੱਪਰ। ਅਪ, ਉੱਤੇ, ਜਾਂ ਫਿਰ ਉੱਪਰ। ਇਨਸਾਈਡ, ਅੰਦਰ। ਇਨਸਾਈਡ, ਅੰਦਰ। ਅਤੇ ਆਊਟਸਾਈਡ, ਬਾਹਰ। ਆਊਟਸਾਈਡ, ਬਾਹਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।